ਇੱਕ ਗੱਲ ਬੜੀ ਜ਼ਰੂਰੀ ਹੋ ਰਹੀ ਹੈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਜਦੋਂ ਅੱਲਾਹ ਤਾਲਾ ਨੇ ਸਾਹ ਵਾਪਸ ਖਿੱਚ ਲੈਣੇ ਤੁਸੀਂ ਉਹਨਾਂ ਸਾਹ ਲਿਆ ਸਕਦੇ ਅੱਲਾਹ ਤਾਲਾ ਲੈ ਗਿਆ ਹੁਣ ਟਾਈਮ ਦੇਖ ਲੋ ਤੁਸੀਂ ਅਸੀਂ ਜਾਗ ਰਹੇ ਹਾਂ 11 ਵਜੇ ਤੱਕ ਜਦੋਂ ਇੱਕ ਬੰਦਾ ਆਪਣੀ ਗਹਿਰੀ ਨੀਂਦ ਵਿੱਚ ਚਲਾ ਜਾਂਦਾ ਨਾ ਪੋਤੇ ਚਲਾਓ ਘੋੜੇ ਚਲਾਓ ਚਲਾਓ ਗਾਣੇ ਚਲਾਓ ਉਹਨੇ ਆਪਣੀ ਨੀਂਦ ਵਿੱਚ ਹੀ ਰਹਿਣਾ ਕਿਉਂਕਿ ਉਹ ਰਾਤ ਜਿਹੜੀ ਨਾ ਤੁਹਾਡੀ ਖਮੋਸ਼ੀ ਦੀ ਰਾਹਤ ਦੀ ਸਕੂਨ ਦੀ ਆਰਾਮ ਦੀ ਹੁੰਦੀ ਹੈ ਉਹਦੇ ਜੀ ਤੂੰ ਮੈਨੂੰ ਆਵਾਜ਼ ਦੇ ਕੇ ਨਹੀਂ ਕਹਿ ਸਕਦਾ ਰੁਖਸਾਨਾ ਉੱਠ ਕੇ ਭਾਂਡੇ ਮਾਂਜ ਰੁਖਸਾਨਾ ਉੱਠ ਕੇ ਝਾੜੂ ਮਾਰੋ ਉੱਠ ਕੇ ਕੱਪੜੇ ਧੋ ਉੱਠ ਮੈਨੂੰ ਦੁੱਧ ਲਿਆ ਕੇ ਦੇ ਉੱਠ ਮੈਨੂੰ ਚਾਹ ਲਿਆ ਕੇ ਦੇ ਉੱਠ ਮੈਨੂੰ ਨਾਸ਼ਤਾ ਲਿਆ ਕੇ ਦੇ ਅੱਲਾਹ ਨੇ ਐਸੀ ਰਾਤ ਬਣਾਈ ਸੀ ਵੀ ਉਹਨੇ ਆਪਾਂ ਰੈਸਟ ਔਰ ਆਰਾਮ ਔਰ ਰਾਹਤ ਔਰ ਸਕੂਨ ਹੋਣਾ ਹੈ ਔਰ ਪਤਾ ਨਹੀਂ ਉਸ ਰਾਤ ਵਿੱਚ ਤੁਸੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਦੁਨੀਆਂ ਦੇ ਖਾਬਾਂ ਵਿੱਚ ਕਿੱਥੇ ਕਿੱਥੇ ਪਰ ਉਹ ਤੁਹਾਨੂੰ ਰਾਤ ਇੱਕ ਨਹੀਂ ਹੈ ਆ ਸਾਰੀਆਂ ਰਾਤਾਂ ਇੱਕ ਹੀ ਨੇ ਵੀ ਰਾਤ ਜਦੋਂ ਆ ਗਈ ਹੈ ਨਾ ਉਸ ਰਾਤ ਦੇ ਵਿੱਚ ਤੁਸੀਂ ਆਪਣੇ ਖਾਦਮ ਨੂੰ ਵੀ ਜਿਹੜਾ ਤੁਹਾਡਾ ਮੀਆਂ ਹੈ ਉਹਨੂੰ ਵੀ ਵੇਖਣਾ ਵੀ ਮੇਰਾ ਮੀਆਂ ਤੀ ਚੱਲਦਾ ਪਿਆ ਵੀ ਕਿੱਥੇ ਬੈਠਾ ਵੀ ਤੂੰ ਸੁੱਤਾ ਜਿੱਥੇ ਵੀ ਇਹਨੂੰ ਮੈਂ ਪੁੱਛਣਾ ਹੈ ਕੋਈ ਗੱਲਬਾਤ ਜਾਂ ਨਹੀਂ ਪੁੱਛਣੀ ਜਾਂ ਮੈਂ ਸੁੱਤੀ ਹੀ ਆਵਾਂ ਤਾਂ ਤੇ ਬਸ ਇਹ ਚੀਜ਼ਾਂ ਮੈਂ ਨੀਂਦ ਚ ਉਠਾ ਦਿੱਤਾ ਤੇ ਸ਼ਾਇਦ ਕਿਸੇ ਖਾਮਾ ਖਿਆਲਾਂ ਚ ਨਿਕਲ ਆਏਗਾ ਜਿਵੇਂ ਅਸੀਂ ਪਿਆਲ ਡਾਲਨੇ ਨਾ ਸਾਡੇ ਟੀਟਕ ਜਾਨਵਰ ਵੀ ਹਮਾਰੇ ਜੈਸੀ ਲਾਈਫ ਸਟਾਈਲ ਹੈ ਹਮਾਰੇ ਜੈਸੇ ਲਾਈਫ ਸਟਾਈਲ ਹੈ ਬਿਲਕੁਲ ਹਮਾਰੇ ਜਾਨਵਰੋਂ ਤੇ ਹਮਾਰੇ ਜੈਸੇ ਲਾਈਫ ਸਟਾਈਲ ਹੈ ਜੇ ਦੇਖੋ ਇੰਤਰ ਡਾਲ ਲੈਦਾ ਲੈਦਾ ਹਮਨੇ ਬਣਾਇਆ ਹੈ ਫਿਰ ਵੀ ਉਹਨੇ ਉਸਕ ਅੰਦਰ ਹੀ ਉਸਨਾ ਹਮਾਰੇ ਸਾਥ ਜੇ ਤੋਤਾ ਹੈ ਇਸਨੇ ਨਾਮ ਨਜ਼ਰ ਆਇਆ ਦੇ ਇਸਨੇ ਤੋਣਾ ਪੜੀ 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 ਦਿੱਲੀ ਆ ਫਿਰ ਦਿੱਲੀ ਆ ਫਿਰ ਦਿੱਲੀ ਦੀ ਅੱਜ ਤੁਹਾਨੂੰ ਕਹਾਣੀ ਸੁਣਾ ਰਹੇ ਜੀ ਦਿੱਲੀ ਕੋ ਮੱਟੀ ਸਾਹਿਬ ਮੈਨੇ ਪਤਾ ਕਿਆ ਕੀਆ ਤਾਂ ਆਪ ਜਬ ਨਿਕਲੇ ਹੈ ਜੌਬ ਪੇ ਕਾਮ ਕੇ ਲਿਏ ਮੇਰੇ ਇਸ ਕੋ ਅੰਦਰ ਸੇ ਬਾਹਰ ਇਸ ਕੇ ਬੱਚੇ ਵੀ ਔਰ ਇਸ ਕੋ ਇਧਰ ਚੇਂਜ ਕਰ ਦਿਆ ਸ਼ਿਫਟ ਕਰ ਦਿਆ ਇਸ ਤਾਂ ਕਰ ਲੈ ਲੈ ਦਾ ਕਰ ਦੀ ਇਸ ਨੇ ਨਾਰਾਜ਼ ਹੋ ਗਈ ਇਸ ਨੇ ਪਤਾ ਕਿਆ ਕੀ ਆਪਣੇ ਇਹ ਦੋ ਬੱਚੋ ਕੇ ਐਸੇ ਖਿੱਚੇ ਮੂੰਹ ਮਾਰ ਲਏ ਕਹਿੰਚ ਕੇ ਤੋ ਬਾਕੀ ਜੋ ਇਸ ਕੇ ਦੋ ਬੱਚੇ ਤੇ ਉਹ ਇਸ ਕੇ ਪਿੱਛੇ ਪਿੱਛੇ ਐਸੇ ਐਸੇ ਚੱਲ ਰਹੇ ਹੈ ਬਾਹਰ ਹੀ ਹੈ ਹਾਂ ਇਧਰ ਕੋ ਪਿੱਛੇ ਹਮਾਰੀ ਗੱਲੇ ਨੀ ਕਿ ਨੀਚੇ ਜਾ ਰਹੀ ਹੈ ਪੂਰੀਆਂ ਥੱਲੇ ਲੈ ਹਾਂ ਮੈਨੂੰ ਕੋਈ ਬੱਚੇ ਨੇ ਬਤਾਇਆ ਮੈਂ ਕਿਹਾ ਆ ਨਿਕਲਨੇ ਨਹੀਂ ਦੇਣਾ ਇਸੇ ਉਹ ਮੈਨੇ ਬੱਚੋ ਕੋ ਪਿੱਛੇ ਭਗਾਇਆ ਮੈਂ ਖੁਦ ਭਾਗੀ ਹੂੰ ਉਸਕੇ ਬੱਚੇ ਹਮ ਸਾਥ ਲਾਏ ਹੈ ਫਿਰ ਹਮਨੇ ਵਾਪਸ ਕਮਰੇ ਮੇਂ ਇਸਕੋ ਸ਼ਿਫਟ ਕੀਆ ਜੀ ਕਹਤੀ ਮੈਨੇ ਇਧਰ ਸ਼ਿਫਟ ਕੀਆ ਨਹੀਂ ਤਾਂ ਮੈਂ ਘਰ ਸੇ ਚਲੀ ਜਾਊਂਗੀ
ਸਹੀ ਟੀਟਰ ਬਾਤ ਹੈ ਵੀ ਮੁਝੇ ਵੀ ਵੀਡੀਓ ਮਿਲੀ ਹੈ ਹਮਾਰੀ ਬਿੱਲੀ ਅੱਜ ਰੁਸਤੇ ਜਾ ਰਹੀ ਥੀ ਰੁਸਤ ਜਾ ਮੈਂ ਤਾਂ ਅਸਲਾਮ ਅਲੈਕੁਮ ਜੀ ਉਮੀਦ ਕਰਤੀ ਆਪ ਸਭ ਠੀਕ ਹੋਏਗੇ ਖੈਰ ਕਰੀਏ ਸੇ ਇਧਰ ਆ ਜਾ ਸਾਰੇ ਆਪ ਦੇਖਦੇ ਸਾਰੇ ਠੀਕ ਹਮ ਲੋ ਔਰ ਪੂਰੀ ਵੀਡੀਓ ਦੇਖਾ ਕਰੇ ਲਾਈਕ ਕਰ ਦਿਓ ਜਿਹੜੇ ਕਮੈਂਟ ਕਰ ਦਿਓ ਜਿਹੜੇ ਔਰ ਸਬਸਕ੍ਰਾਈਬ ਲਾ ਇਹ ਤਾਂ ਫੱਟੀ ਨੂੰ ਸਬਸਕ੍ਰਾਈਬ ਕਰਨ ਦੀ ਜ਼ਿਆਦਾ ਹੀ ਕੁਝ ਪਈ ਹੋ ਵੇ ਇਧਰ ਵੇਖ ਉਹ ਆ ਰਹੇ ਇਨਸਾਨ ਜੋ ਇਨਸਾਨ ਨੇ ਤੋ ਇਧਰ ਜੋ ਜਾਨਵਰ ਜੋ ਹੈ ਨਾ ਵੋ ਵੀ ਬਹੁਤ ਜ਼ਿਆਦਾ ਪਿਆਰ ਕਰਤੇ ਹੈ ਜੋ ਜੇ ਥੋੜੋਸ਼ ਕੇ ਬੱਚੇ ਹੈ ਜੇ ਬਿੱਲੀ ਦੇ ਜੇ ਸਭ ਮਿਲ ਜੁਲਟੇ ਦੇਤੇ ਹੈ ਜੇ ਮਾੜਾ ਟੋਟਾ ਜੋ ਜੇ ਵੀ ਮਿਲ ਜੁਲਟੇ ਦੇਤਾ ਔਰ ਸਹੀ ਬਾਤ ਬਤਾਏ ਤੋ ਭੱਟੀ ਸਾਹਿਬ ਨੇ ਔਰ ਹਮਨੇ ਤੋ ਕਾਮ ਕਾਰ ਕਰਤੇ ਹੈ ਆਪਣੇ ਕਾਰੋਬਾਰ ਵੀ ਕਰਤੇ ਹੈ ਸਭ ਕੁਛ ਵੀਡੀਓ ਸ਼ੀਡੀਓ ਵੀ ਬਣਾਤੇ ਹੈ ਔਰ ਹਮਨੇ ਤੋ ਦੁਨੀਆ ਦੀ ਟੈਨਸ਼ਨ ਹਰ ਚੀਜ਼ ਕੋ ਨਾ ਛੋੜ ਦੀ ਹੈ ਮਤਲਬ ਦੁਨੀਆ ਦੀ ਟੈਨਸ਼ਨ ਖਤਮ ਕਰ ਦਿੱਤੀ ਹੈ ਖਤਮ ਕਰ ਦਿੱਤੀ ਹੈ ਆਪਣੇ ਤੋਂ ਆਪਣੇ ਤੋਂ ਪਰਾਏ ਉਸੇ ਵੀ ਉੱਪਰ ਸੇ ਅੱਛਾ ਅਗਰ ਉਹ ਕਹਤੇ ਹੈ ਨਾ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਉਨਸੇ ਵੀ ਬੜ ਗਏ ਤੋ ਇਸੇ ਬਿਹਤਰ ਹੈ ਸਭ ਕੋ ਬਾਈਕਾਟ ਕਰੇ ਆਪਣੀ ਜ਼ਿੰਦਗੀ ਔਰ ਆਪਣੀ ਲਾਈਫ ਹੈ ਆਪਣੀ ਜ਼ਿੰਦਗੀ ਆਪਣੇ ਬੱਚੇ ਆਪਣਾ ਪਿਆਰ ਹੈ ਆਪਣਾ ਮੁਹੱਬਤ ਆਪਣੀ ਚਾਹਤ ਹੈ ਜੋ ਆਪਕੋ ਆਪਣੀ ਲਾਈਫ ਮੇ ਅੱਛਾ ਲੱਗਤਾ ਬਸ ਉਹ ਆਪਣੇ ਦਿਲ ਕੀ ਮਾਨੇ ਬਸ ਕੋਈ ਕਰੇ ਇਨ ਕਰੀਏ ਜ਼ਿੰਦਗੀ ਇਨ ਤੇ ਨਾਮ ਕਰਦੇ ਬਸ ਮੈਨੇ ਤੋ ਪਰਿੰਦੋ ਤੇ ਨਾਮ ਜੇ ਮੇਰਾ ਟੋਕੂਏ ਹਮਾਰੀ ਤੋ ਬੜੀ ਅੱਛੀ ਲਾਈਫ ਹੈ ਮੁਝੇ ਹਮੇ ਜ਼ਰਾ ਵੀ ਨਹੀਂ ਟੈਨਸ਼ਨ ਔਰ ਹਮੇ ਕਿਸੀ ਕਾ ਸ਼ਿਕਵਾ ਨਹੀਂ ਹੋਤਾ ਫਲਾਂ ਨੇ ਫੋਨ ਨਹੀਂ ਕੀਆ ਹਾਲ ਨਹੀਂ ਪੁੱਛਾ ਫਲਾਂ ਨਹੀਂ ਕੀਆ ਹਮੇ ਕੋਈ ਕਿਸੀ ਕੀ ਟੈਨਸ਼ਨ ਜੇ ਦੇ ਤੋ ਜੇ ਵੀ ਇਨ ਤੇ ਸਾਸ ਜਾਂਦਾ ਬੈਠੇ ਦਾ ਵੀ ਇਸ ਤੋ ਵੀ ਸੁਣ ਨਹੀਂ ਆਤਾ ਇਨ ਤੋ ਨਜ਼ਰ ਮਾਰੇ ਮਾਰੀ ਆਪਣੀ ਲਾਈਫ ਲਾਈਫ ਹੈ ਜੋ ਮਰਦੀ ਜੇ ਦੇ ਤੋ ਮੈਂ ਨਾ ਬੱਦੀ ਸਾਂ ਜੇ ਜੋ ਫਰਦੋਸ਼ ਹੈ ਨਾ ਫਰਦੋਸ਼ ਜਬ ਰੋਸ਼ਨੀ ਮੇਰੀ ਬੱਚੇ ਦੇਣ ਵਾਲੀ ਹੈ ਫਰਦੋਸ਼ ਹੈ ਨਾ ਜੇ ਦੇਖੋ ਮੇਰਾ ਬੱਤੀ ਜੇ ਫਰਦੋਸ਼ਨੀ ਬੱਚੇ ਦੇਣ ਵਾਲੀ ਹੈ ਜੇ ਫਰਦੋਸ਼ ਤੋਂ ਮੈਨੇ ਇਸ ਲਈ ਤਾੜਾ ਹੋਵੇ ਵੀ ਅਬ ਫਰਦੋਸ਼ਨੀ ਬੱਚੇ ਦੇ ਦੀ ਫਿਰ ਇਨਸ਼ਾਅੱਲਾ ਤਾਲਾ ਮੈਂ ਫਰਦੋਸ਼ ਤੋਂ ਛੋੜੇ ਨਹੀਂ ਤੇ ਜੇ ਬੱਚੇ ਥਾ ਜਾਏਗਾ ਹਾਂ ਜਾਏਗਾ ਇਸ ਲਈ ਹਮਨੇ ਲੈਦਾ ਲੈਦਾ ਕਰ ਦਿਆ ਔਰ ਹਵਾ ਇਤਨੀ ਮਜ਼ੇ ਦੀ ਚੱਲ ਰਹੀ ਹੈ ਬਹੁਤ ਅੱਛਾ ਮੌਸਮ ਹੈ ਇਧਰ ਆਓ ਗਾਇਸ ਇਧਰ ਆਓ ਗਾਇਸ ਮੈਂ ਆਪਕੋ ਬਤਾ ਰਹਾ ਹੂੰ ਗਾਇਸ ਜੇ ਦੇਖੋ ਪਿਆਰ ਮੁਹੱਬਤ ਜੇ ਹੁੰਦਾ ਹੈ ਪਿਆਰ ਉਹ ਦੇਖ ਲੇਟ ਜੇ ਦੇਖ ਲੋ ਡਾਈਸ ਜੇ ਹੁੰਦਾ ਹੈ ਪਿਆਰ ਇਹ ਮਾਸ਼ਾਅੱਲਾ ਬਹੁਤ ਪਿਆਰ ਮੁਹੱਬਤ ਕਰਦੀ ਹੈ ਹਾਲਾਂਕਿ ਕਹਿੰਦੇ ਹੋ ਵੀ ਤੂੰ ਪਿੱਛੇ ਹੋ ਜਾ ਕੈਮਰੇ ਦੇ ਪਿੱਛੇ ਹੋ ਜਾ ਅੰਦਰ ਹੋ ਅੱਛਾ ਜੇ ਤਾਂ ਲੋ ਡੁੱਡੂ ਪੀ ਨਾ ਨਾਲ ਚੱਲ ਚੱਲ ਡੁੱਡੂ ਪੀ ਚੱਲ ਤੂੰ ਵੀ ਨਾ ਨਾਲ ਡੁੱਡੂ ਪੀ ਨਾ ਹਮਾਰੀ ਬਿੱਲੀ ਬਹੁਤ ਅੱਛੀ ਹੈ ਔਰ ਬੱਟੀ ਸਾਹਿਬ ਲੜਦੀ ਵੀ ਨਹੀਂ ਹੈ ਉਸਕੋ ਪਤਾ ਹੈ ਵੀ ਹਮਾਰੇ ਬੱਚੇ ਔਰ ਜੇ ਸਾਰੇ ਹਮ ਇਕੱਠੇ ਫੈਮਿਲੀ ਕੀ ਤਰ੍ਹਾਂ ਰਹੇ ਹਾਂ ਦਾਲ ਸਾਹਿਬ ਤੇ ਮੈਂ ਮਸਲਾ ਫਲਾ ਦੀ ਜਦੋਂ ਅਸੀਂ ਸਹੀ ਹਾਂ ਤਾਂ ਸਾਡੇ ਜਾਨਵਰ ਵੀ ਸਹੀ ਹੋ ਦੁਨੀਆ ਭਲੇ ਜੋ ਮਰਜ਼ੀ ਸਾਨੂੰ ਜੋ ਮਰਜ਼ੀ ਕਰਦੀ ਰਹੇ ਵੀ ਹਮ ਪਿਆਰ ਕਰਦੇ ਹਾਂ ਵੀ ਹਮ ਨਹੀਂ ਆ ਬੀਬੀ ਹਮ ਨੇ ਦੂਸਰੇ ਚੁੰਮੀ ਵੀ ਲੈ ਸਕਦੇ ਔਰ ਜੇ ਜੋ ਖਰਗੋਸ਼ ਹੈ ਤੋਤੋ ਕਾ ਖਾਣਾ ਖਾਣਾ ਪਸੰਦ ਜ਼ਿਆਦਾ ਬੱਟੀ ਸਾਹਿਬ ਕਰਦੇ ਹੈ ਵੀ ਦੇ ਉਹ ਆਪਣਾ ਖਾਣਾ ਨਹੀਂ ਖਾਂਦੇ ਅਬ ਤੋਤੋ ਤੋਤੇ ਦਾ ਉਹਨਾਂ ਨੇ ਆ ਕੇ ਖਾਣਾ ਲਾਜ਼ਮੀ ਖਾਣਾ ਜੋ ਮਰਜ਼ੀ ਹੋ ਜਾਏ ਦੇਖ ਲਓ
ਕਾਲੀ ਹੋ ਗਈ ਤੇ ਆਜ ਬੱਟੀ ਦਾ ਕੋਲੀ ਭਰ ਲੋ ਵਾਪਸ ਆ ਜਾ ਵੀਡੀਓ ਹੋ ਗਈ ਮੇਰੀ ਨੀ ਪਿਆਰ ਵਿੱਚ ਅੱਛਾ ਜੀ ਗਾਇਸ ਅੱਲਾ ਹਾਫਿਜ਼ ਆਜ ਚਲੀਏ ਥੈਂਕ ਯੂ ਅੱਲਾ ਹਾਫਿਜ਼ ਆਈ ਲਵ ਯੂ ਟੂ